ਪੰਜਾਬ 'ਚ ਨਸ਼ੇ ਦੀ ਓਵਰਡੋਜ਼ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਹਨ। ਸਮਰਾਲਾ ਹਲਕੇ ਅੰਦਰ ਪਿਛਲੇ 4 ਦਿਨਾਂ 'ਚ ਨਸ਼ੇ ਨਾਲ ਦੂਜੀ ਮੌਤ ਹੋ ਗਈ ਹੈ। ਇਹ ਮੌਤਾਂ ਵੀ ਇੱਕੋ ਪਿੰਡ ਬਹਿਲੋਲਪੁਰ ਵਿਖੇ ਹੋਈਆਂ, ਜਿਸ ਤੋਂ ਬਾਅਦ ਜਿੱਥੇ ਲੋਕਾਂ 'ਚ ਰੋਸ ਵੱਧ ਰਿਹਾ ਹੈ ਉੱਥੇ ਹੀ ਪੁਲਿਸ ਦੀ ਕਾਰਜਸ਼ੈਲੀ ਉੱਪਰ ਵੀ ਸਵਾਲ ਉੱਠ ਰਹੇ ਹਨ। ਸਵਾਲੀਆ ਨਿਸ਼ਾਨ ਇਹ ਹਨ ਕਿ ਬਹਿਲੋਲਪੁਰ ਪਿੰਡ ਅੰਦਰ ਹੀ ਪੁਲਿਸ ਦੀ ਚੌਕੀ ਹੋਣ ਦੇ ਬਾਵਜੂਦ ਇਸ ਪਿੰਡ 'ਚ ਲਗਾਤਾਰ ਨਸ਼ਾ ਵਿਕਣ ਦੇ ਦੋਸ਼ ਲੱਗ ਰਹੇ ਹਨ। ਉੱਥੇ ਹੀ DSP ਨੇ ਕਿਹਾ ਕਿ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ਜਨ ਕਲਿਆਣ TV ਤੋਂ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ। ਕੀ ਮਾਤਾ ਜੀ ਹੋਇਆ ਕਿਸੇ ਬੇਟੇ ਨੂੰ ਜੀ? ਹਏ ਇਹ ਮਤ ਨਸ਼ਾ ਵੇਚਦਾ, ਮੈਨੂੰ ਕਈ ਆਈ ਰੋਕ ਕੇ ਗਈ, ਮੈਂ ਕਿਹਾ ਮੇਰੇ ਪੁੱਤਰ ਨੂੰ ਨਸ਼ਾ ਨਾ ਦੇਈ, ਇਹ ਵੇਲਾ ਫੇਰ ਇਹਨੂੰ ਨਸ਼ਾ ਦੇਈ ਚੁੱਕੇ ਨੇ। बड़ा दुख है, नौजवान मुंडा सी, इहदे मापिआं ने कई बार इहनूं सेंटर च भी भेजिया, सेंटर तो बाद यह जो को कई लोग गल नूं गोलमोल करदे ने, यह जो डेरा महंता दा है इहदे विच सुलफा चिट्टा शराब डोडे भुक्की सब कुछ चलदा है, क्योंकि यह एक महंत होण दे नाते लोकां नूं ब्लैकमेल किया जांदा है। और जो साडा भतीजा ही लगदा मजहबी सिखां दे विचों, उहदा मुंडा वी इहनां कोल आ के इस चीज दसदी आ। सानू प्रशासन ते पूरा भरोसा है कि प्रशासन सानू इस केस दे विच पूरा इंसाफ दूगा, पूरा इंसाफ देणगे। और असी अज तो प्रण करदे आ भी उरे जे कोई भी काम गलत होया असी पूरा डट के इन्हां दा विरोध करांगे, और प्रशासन नूं दस के आवांगे जो इन्हां ने साडा बिगाड़ना है ਉਹ ਵਿਗਾੜਨ ਲੈਣ। ਕਈ ਵਾਰ ਲੋਕ ਮਹੰਤ ਹੋਣ ਦੇ ਨਾਤੇ ਤੇ ਇਹਨਾਂ ਤੋਂ ਡਰੀ ਜਾਂਦੇ ਨੇ, ਪਰ ਅੱਜ ਤੋਂ ਬਾਅਦ ਕਿਉਂ ਬਾਬਾ ਲਾਭ ਸਿੰਘ ਜੀ ਮੇਰੇ ਦੋਸਤ ਨੇ, ਬਹੁਤ ਪਿਆਰੇ ਮਿੱਤਰ ਨੇ, ਅੱਜ ਇਹਨਾਂ ਦੇ ਭਾਣਜੇ ਦੀ ਡੈਥ ਹੋਈ ਆ, ਕੱਲ ਨੂੰ ਕਿਸੇ ਧੀ ਦੀ ਪੁੱਤ ਦੀ ਹੋ ਸਕਦੀ ਆ, ਕਿਸੇ ਬਜ਼ੁਰਗ ਦੀ ਹੋ ਸਕਦੀ ਆ। ਪਿਛਲੇ 2-4 ਸਾਲਾਂ ਤੋਂ ਨਸ਼ਾ ਕਰਨ ਦਾ ਆਦੀ ਇਹਨਾਂ ਵੱਲੋਂ ਜਾਂ ਹੋਰ ਜਿਹੜੇ ਵੀ ਨਸ਼ਾ ਵੇਚਦੇ ਨੇ ਉਹਨਾਂ ਵੱਲੋਂ ਉਹਨੂੰ ਨਸ਼ਾ ਕਰਨ ਦਾ ਆਦੀ ਬਣਾਇਆ ਗਿਆ ਹੈ। ਮਾਂ ਦੇ ਰੋਕਣ ਤੇ, ਕਈ ਪਰਿਵਾਰਾਂ ਦੇ ਰਿਸ਼ਤੇਦਾਰਾਂ ਦੇ ਰੋਕਣ ਤੇ ਉਹ ਜੇ ਰੁਕਦਾ ਸੀ, ਅਸੀਂ 2 ਵਾਰੀ ਨਸ਼ਾ ਛਡਾਊ ਕੇਂਦਰ ਵੀ ਛੱਡਿਆ, ਪਰ ਜਦੋਂ ਉਹ ਛੱਡ ਕੇ ਆਉਂਦਾ ਮਾਂ ਨੇ 50-50 ਹਜ਼ਾਰ ਰੁਪਇਆ ਕਈ ਵਾਰੀ ਪਿੰਡ ਚੋਂ ਗ੍ਰਾਹੀ ਕਰਕੇ ਵੀ ਅਸੀਂ ਨਸ਼ਾ ਛਡਾਉਣ ਵਾਸਤੇ ਉਹਦਾ ਯਤਨ ਕਰਿਆ। ਜਦੋਂ ਛੱਡ ਕੇ ਆਉਂਦਾ ਕਿਹੜੇ ਤਰੀਕੇ ਸੱਦਦੇ ਨੇ, ਫੋਨ ਤੇ ਸੱਦਦੇ ਨੇ, ਸੁਨੇਹੇ ਰਾਹੀਂ ਸੱਦਦੇ ਨੇ, ਸਾਨੂੰ ਪਤਾ ਨਹੀਂ ਵੀ ਇੱਥੇ ਕਿਵੇਂ ਪਹੁੰਚੇ ਹੈ, ਐਂਡ ਦੇ ਵਿੱਚ ਇਹਨਾਂ ਦਾ ਘਰ ਹੈ, ਮੌਤ ਉਹਦੀ ਕਿਵੇਂ ਹੋਈ ਹੈ, ਕੀ ਕਾਰਨ ਬਣੇ ਹੈ, ਨਸ਼ੇ ਦਾ ਕਾਰਨ ਹੈ, ਮਾਰ ਕੁਟਾਈ ਦਾ ਕਾਰਨ ਹੈ, ਉਹ ਇਹਨਾਂ ਨੂੰ ਪਤਾ ਹੈ। ਤੇ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ, ਪ੍ਰਸ਼ਾਸਨ ਸਾਥ ਦੇ ਰਿਹਾ, ਵੈਸੇ ਕੋਈ ਏਦਾਂ ਦੀ ਗੱਲ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ ਹੈ ਪ੍ਰਸ਼ਾਸਨ ਤੋਂ, ਅਜੇ ਅਸੀਂ ਇਹ ਉਹਨਾਂ ਅੱਗੇ ਮੰਗ ਰੱਖੀ ਹੈ, ਸਾਡੀ ਬੇਨਤੀ ਨੂੰ ਪ੍ਰਵਾਨ ਕਰਨਗੇ, ਇਹਨਾਂ ਤੇ ਕਾਰਵਾਈ ਕਰਨਗੇ। ਤੇ ਮੈਂ ਹੋਰਾਂ ਨੂੰ ਵੀ ਬੇਨਤੀ ਕਰਾਂਗਾ, ਮੈਂ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਾਂਗਾ, ਜੇ ਕੋਈ ਨਸ਼ਾ ਵੇਚਦਾ ਭਾਈ ਚੌਂਕੀ ਪੁਲਿਸ ਥਾਣੇ ਸੱਚੀ ਇਤਲਾਹ ਦਿਓ ਤੇ ਅਗਲੇ ਤੇ ਕਾਰਵਾਈ ਕਰਾਓ। ਅੱਜ ਸਾਡਾ ਬੱਚਾ ਭਾਣਜਾ ਪੂਰਾ ਹੋਇਆ, ਕੱਲ ਨੂੰ ਕਿਸੇ ਦੇ ਘਰ ਵੀ ਇਹ ਬਿਮਾਰੀ ਇਹ ਜਾ ਸਕਦੀ ਹੈ, ਅੱਗ ਦਾ ਕੋਈ ਪਤਾ ਨਹੀਂ ਹੈ, ਜਦੋਂ ਅੱਗ ਬਲੇ ਇਹ ਕਿਸੇ ਦੇ ਘਰ ਵੀ ਜਾ ਸਕਦੀ ਹੈ। ਇਸ ਕਰਕੇ ਇਹਨੂੰ ਰੋਕਿਆ ਜਾਵੇ, ਪਿੰਡ 'ਚ ਕੋਈ ਵੀ ਨਸ਼ਾ ਵੇਚਦਾ ਸ਼ਰਾਬ ਵੇਚਦਾ ਉਤਲਾਹ ਦੇ ਕੇ ਰੋਕਿਆ ਜਾਵੇ, ਤੇ ਅੱਗੇ ਤੋਂ ਨੁਕਸਾਨ ਹੋਣਾ ਬਚਾਇਆ ਜਾਵੇ। ਤੇ ਇਹ ਨਸ਼ੇ ਦੀ ਗਵਾਹੀ ਪਿੰਡ ਵੀ ਭਰਦਾ ਜੀ, ਇੱਥੇ ਹੋਰ ਵੀ ਨਸ਼ੇ ਵਾਲੇ ਮੁੰਡੇ ਆਉਂਦੇ ਨੇ, ਇਹ ਸਾਬਕਾ ਸਰਪੰਚ ਨੇ, ਇਹ ਸੁਸਾਇਟੀ ਦੇ ਪ੍ਰਧਾਨ ਨੇ, ਸਾਬਕਾ ਨੇ ਜਾਂ ਮੌਜੂਦਾ ਨੇ ਪਤਾ ਨਹੀਂ, ਪਿੰਡ ਬਲੋਲਪੁਰ ਦੇ ਵੀ ਜਿਹੜੇ ਮੋਹਤਵਰ ਬੰਦੇ ਨੇ ਸਾਰੇ ਕਹਿੰਦੇ ਨੇ ਵੀ ਇੱਥੇ ਨਸ਼ੇੜੀ ਬੰਦੇ ਕਈ ਆਉਂਦੇ ਨੇ। ਮੈਂ ਆਪਣੇ ਅੰਦਰ ਸੁੱਤੀ ਪਈ ਸੀ ਤੇ ਮੇਰੇ ਮਾਤਾ ਜੀ ਕੋਲੇ ਮੇਰਾ ਭਰਾ ਆਇਆ ਇੱਥੇ ਰਾਣਾ ਬਾਬਾ, ਉਹ ਆਇਆ ਅੰਦਰ ਕਹਿੰਦਾ ਮਾਤਾ ਜੀ ਉੱਠੋ ਉੱਠੋ ਬਾਹਰ ਕੀ ਹੋਇਆ, ਤੇ ਬੜੀ ਮਾਤਾ ਬਾਹਰ ਨਿਕਲੀ, ਬੜੀ ਮਾਤਾ ਨਿਕਲੀ ਬਾਹਰ, ਬੜੀ ਮਾਤਾ ਨੇ ਮੈਨੂੰ ਅੰਦਰ ਜਾ ਕੇ ਥਾੜਿਆ ਗੇਟ ਖੜਕਾਇਆ ਮੇਰਾ ਵੀ ਉੱਠ ਪੁੱਤ ਬਾਹਰ ਦੇ ਕੀ ਹੋਇਆ, ਅਸੀਂ ਤਾਂ ਮੇਰੇ ਤਾਂ ਅੰਦਰ ਆਪਣੇ ਜਿਹੜਾ AC ਵਾਲਾ ਰੂਮ ਹੈ ਮੇਰਾ ਉੱਥੇ ਵੀ ਮੇਰੀ ਅੰਦਰ ਕੁੰਡੀ ਲੱਗ ਜਾਂਦੀ ਹੈ, ਮੈਂ ਉੱਠ ਜੀ ਉਹ 10-11 ਵਜੇ ਆ। ਮਾਂ ਜੀ ਇਹ ਜਿਹੜਾ ਇਹ ਬਲਬੀਰ ਸਿੰਘ ਮੁੰਡਾ ਜਿਹੜਾ ਇਹ ਅੱਗੇ ਵੀ ਤੁਹਾਡੇ ਕੋਲ ਇੱਥੇ ਆਉਂਦਾ ਜਾਂਦਾ ਜਾਂ ਕਦੇ ਕਿਵੇਂ? ਸਾਡੇ ਕੋਲ ਅੱਗੇ ਕਦੇ ਨਹੀਂ ਆਉਂਦਾ ਜਾਂਦਾ,
एक बारी आया सी कि माता जी मेरा व्यापार नहीं चलता हैगा डंगरा दा, मेनू कोई धागा दवो। बस फिर नहीं साडे घर आया है भी मेनू धागा दो माता जी, मेरा डंगरा दा व्यापार दा काम नहीं चलता, मेनू माता जी खजाना दो। ओदे बाद साडे घर नहीं एंटर होया है। ये बलबीर सिंह पुत्र गुरनाम सिंह सताबगढ़ का है, 33 साल की उम्र है। ये परिवार वालों दस्या गया कि यह बंदा नशे करने आदि से, पुराने समय तो कर रहा है। कई बार केंद्र में भी सेंटर में भी दाखले कराया गया, पर जो वापस घर आ जाता फिर कुछ ना कुछ नशा ज सुलफा वगैरह ये पीता है। जिमें हूँ पता लग्या भी एक बिलोलपुर पिंड से रेनू महंत आ, रेनू महंत को रेनू महंत जी उसे सुलफा सुलफा पीती है, चौंकी लाई है वो को कई लोग उत्तर श्रद्धालू पुछा वाले भी आते हैं। इन्होंने वो शक जाहिर किया भी सा बंदा उसको कोई उन्हें जहरीली चीज दी है जो उन्हें नशा दिता है, जिस करके यदि अच्छे डेड बॉडी जी बलोलपुर पिंड महंत के घर के लागू मिली है। तो हम भी पोस्टमार्टम करवा रहे हैं और ये परिवार के ब्रांड उत्ते जोड़ा है परचा दे रहे हैं महंत रेनू के खिलाफ। पंचायत नाल गलबात हुई, पंचायत ने कहा है भी ये मंत नशे पींदा है, पर जी उ चौंकी बैठी हुई है जां चौंकी नूं किसी ने तलाह नहीं दी ना किसी पता लग्या, तो यह सुलफा वगैरह पींदा सीगा मंत, जी भंग मल के हाथ ना पीने वो पींदा ज़्यादातर। नहीं कोई निशान तो नहीं दिखा, पर फिर भी पोस्टमार्टम तो बाद पता लगू कि डैथ किवें हुई है किन कारण करके हुई है। देश विदेश अते लोकल शहरां दियां तरो ताजियां खबरां देखण दे लई साडा ए यूट्यूब चैनल जन कल्याण टीवी नूं सबसक्राइब करना ना भुल्लिओ, ते नाल ही बैल आइकॉन भी ऑन कर दो ताकि जदों भी असीं नवीं तों नवीं कोई न्यूज़ अपलोड करिए तां उहदी नोटिफिकेशन तुहाडे तक जल्द तों जल्द पहुंच जाए। सो सबसक्राइब जन कल्याण टीवी।